ਉਸ ਲੜਕੀ ਨੂੰ ਖਾਲਿਸਤਾਨੀ ਕੌਰ ਕਿਹਾ ਗਿਆ ਤਾਂ ਉਹਨਾਂ ਦੱਸਿਆ ਵੀ ਜਿਹੜਾ ਲੜਕੀ ਦਾ ਹਸਬੈਂਡ ਹੈ ਉਹ ਇਹ ਚਾਹ ਰਿਹਾ ਕਿ ਤੁਸੀਂ ਇਨਸਾਫ ਦੀ ਮੰਗ ਨਾ ਕਰੋ। ਇਹਦਾ ਮਤਲਬ ਕੀ ਨਿਕਲਦਾ? ਇਹਦਾ ਮਤਲਬ CISF ਆ ਜਿਹੜਾ ਉਹਨਾਂ ਦਾ ਐਡਾ ਵੱਡਾ ਤੰਤਰ ਹੈ ਉਹ ਮੁੰਡੇ ਨੂੰ ਵੀ ਦਬਾਅ ਪਾ ਰਿਹਾ। ਜੇਕਰ ਉਹਦੀ ਗੱਲ ਨੂੰ ਸੱਚ ਮੰਨ ਲਈਏ ਤਾਂ ਫਿਰ ਤਾਂ ਯਾਰ ਮੈਨੂੰ ਇਹ ਲੱਗਦਾ ਜਿਹੜੀ ਉਹ ਲੜਕੀ ਕੁਲਵਿੰਦਰ ਹੈ ਉਹ ਆਪਦੀ ਡਿਊਟੀ ਨਿਭਾ ਰਹੀ ਹੈ। ਵਿਵਾਦ ਬਿਆਨ ਦੇਣ ਦੇ ਵਿੱਚ ਉਹ ਲੜਕੀ ਪਹਿਲਾਂ ਹੀ ਮਤਲਬ ਬਹੁਤ ਐਕਸਪਰਟ ਹੈ ਔਰ ਉੱਥੇ ਆ ਕੇ ਕਹਿਣਾ ਵੀ ਪੰਜਾਬ ਦੇ ਅੰਦਰ ਆਤੰਕਵਾਦ ਉਗਰਵਾਦ ਪਣਪ ਰਿਹਾ ਹੈ ਇਹਨੂੰ ਰੋਕਣ ਦੀ ਲੋੜ ਹੈ। ਜੋ ਆਤੰਕਵਾਦ ਔਰ ਉਗਰਵਾਦ ਪੰਜਾਬ ਨੂੰ ਵੱਧ ਰਿਹਾ ਹੈ ਕਿ ਪੰਜਾਬ ਦੇ ਜਿਹੜੇ ਅਧਿਕਾਰੀ ਹੈ ਉਸ ਅਧਿਕਾਰੀ ਨੂੰ ਖਾਲਿਸਤਾਨੀ ਕਹਿ ਦਿੱਤਾ ਗਿਆ ਜਿਹੜਾ IPS ਹੈ ਔਰ ਅੱਜ ਇਸ ਲੜਕੀ ਨੂੰ ਖਾਲਿਸਤਾਨੀ ਕਹਿ ਦਿੱਤਾ ਗਿਆ। ਜਿਹੜੇ ਪੰਜਾਬ ਨੂੰ ਉਹ ਖਾਲਿਸਤਾਨੀ ਕਹਿ ਰਹੇ ਨੇ ਜਾਂ ਇਹਨੂੰ ਉਗਰਵਾਦ ਕਹਿ ਰਹੇ ਨੇ ਜਾਂ ਇੱਥੇ ਜਿਹੜਾ ਆਤੰਕਵਾਦ ਕਹਿ ਰਹੇ ਨੇ ਇੱਥੇ ਤਾਂ ਵੋਟਾਂ ਪੂਰੇ ਆਪਣਾ ਮਾਰਨਾ ਪਈਆਂ। ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਡਟੀਆਂ ਨੇ। ਸਾਡੇ ਨਾਲ ਜਗਜੀਤ ਸਿੰਘ ਡੱਲੇਵਾਲ ਮੌਜੂਦ ਹਨ। ਡੱਲੇਵਾਲ ਸਾਹਿਬ ਪਹਿਲਾਂ ਤਾਂ ਇਹ ਸਮਝਣਾ ਚਾਹਾਂਗੇ ਤੁਹਾਡੇ ਕੋਲ ਜਿਹੜੀ ਹੁਣ ਤੱਕ ਜਾਣਕਾਰੀ ਆਈ ਇਹ ਘਟਨਾ ਵਾਪਰੀ ਕਿਵੇਂ ਹੋਇਆ ਕਿਉਂ? ਦੇਖੋ ਘਟਨਾ ਵਾਪਰਨ ਵਾਲੀ ਜਿਹੜੀ ਉਸ ਦਿਨ ਦੀ ਘਟਨਾ ਕੱਲ੍ਹ ਦੀ ਵਾਪਰੀ ਹੈ ਉਹਦੀ ਤਾਂ ਜਿਸ ਤਰੀਕੇ ਦੇ ਨਾਲ ਹਰਜੀਤ ਗਰੇਵਾਲ ਨੇ ਮੇਰੇ ਨਾਲ ਇੱਕ ਡਿਬੇਟ ਦੇ ਵਿੱਚ ਬਹਿ ਕੇ ਜੋ ਪੱਖ ਦਿੱਤਾ ਉਹਨੇ ਜੋ ਬੋਲਿਆ ਸਟੇਟਮੈਂਟ ਦਿੱਤੀ ਹੈ ਉਹਨਾਂ ਨੇ ਇਹ ਕਿਹਾ ਕਿ ਉੱਥੇ ਮੋਬਾਈਲ ਨੂੰ ਲੈ ਕੇ ਅਤੇ ਚੈਕਿੰਗ ਦੇ ਸਮੇਂ ਦੇ ਉੱਤੇ ਪਰਸ ਨੂੰ ਲੈ ਕੇ ਇੱਕ ਇਹਨਾਂ ਦਾ ਡਿਸਪਿਊਟ ਹੋਇਆ। ਹੁਣ ਜੇ ਉਹਦੀ ਹਰਜੀਤ ਗਰੇਵਾਲ ਦੀ ਗੱਲ ਨੂੰ ਬਿਲਕੁਲ ਆਪਾਂ ਇੰਡੀਪੈਂਡੈਂਟ ਠੀਕ ਮੰਨ ਲਈਏ ਠੀਕ ਹੋਵੇ ਕਿਉਂਕਿ ਆਪਾਂ ਇਨਵੈਸਟੀਗੇਟਰ ਤਾਂ ਹੈ ਨਹੀਂ ਉਹਦਾ ਜੇ ਹੋ ਰਹੀ ਹੈ ਆਪਾਂ ਜੇ ਜਾਂਚ ਕਰਨੀ ਹੈ ਪੜਤਾਲ ਕਰਾਂਗੇ ਨਿਕਲਦਾ ਕੀ ਹੈ। ਜੇਕਰ ਉਹਦੀ ਗੱਲ ਨੂੰ ਸੱਚ ਮੰਨ ਲਈਏ ਤਾਂ ਫਿਰ ਤਾਂ ਯਾਰ ਮੈਨੂੰ ਇਹ ਲੱਗਦਾ ਜਿਹੜੀ ਉਹ ਲੜਕੀ ਕੁਲਵਿੰਦਰ ਹੈ ਉਹ ਆਪਦੀ ਡਿਊਟੀ ਨਿਭਾ ਰਹੀ ਹੈ। ਆਪਾਂ ਨੂੰ ਪਤਾ ਹੈ ਜਦੋਂ ਆਪਾਂ ਏਅਰਪੋਰਟ ਤੇ ਜਾਂਦੇ ਹਾਂ ਬਾਈ ਯਾਰ ਕੋਈ ਸਫ਼ਰ ਕਰਨਾ ਹੁੰਦਾ ਹੈ ਤਾਂ ਜਦੋਂ ਚੈਕਿੰਗ ਹੁੰਦੀ ਹੈ ਆਪਣੇ ਕੋਲੋਂ ਮੋਬਾਈਲ ਪੈਸੇ ਬਟੂਆ ਪਰਸ ਸਭ ਚੀਜ਼ਾਂ ਕਢਵਾ ਕੇ ਇੱਕ ਪਾਸੇ ਰੱਖ ਲਈਆਂ ਜਾਂਦੀਆਂ ਪੈਨ ਤੱਕ ਵੀ ਕਢਵਾ ਕੇ ਰੱਖ ਲਿਆ ਜਾਂਦਾ ਹੈ ਅਤੇ ਜੇ ਉਹ ਸਾਰਾ ਕੁਝ ਰੱਖ ਲਿਆ ਜਾਂਦਾ ਉਹਨਾਂ ਦਾ ਇੱਕ ਪ੍ਰੋਟੋਕੋਲ ਹੈ ਉਹਨਾਂ ਦਾ ਇੱਕ ਸਿਸਟਮ ਹੈ ਉਹਨਾਂ ਦਾ ਇੱਕ ਨਿਯਮ ਹੈ। ਹੁਣ ਨਿਯਮ ਨੂੰ ਫੋਲੋ ਕਰਨਾ ਅਤੇ ਕਰਵਾਉਣਾ ਪੈਸੰਜਰ ਦੀ ਜ਼ਿੰਮੇਵਾਰੀ ਉਹਨੂੰ ਫੋਲੋ ਕਰੇ ਮੁਲਾਜ਼ਮ ਦੀ ਜ਼ਿੰਮੇਵਾਰੀ ਉਹਨੂੰ ਫੋਲੋ ਕਰਵਾਵੇ। ਹੁਣ ਲੜਕੀ ਉਹਨੂੰ ਫੋਲੋ ਕਰਵਾ ਰਹੀ ਹੈ ਉਹਨੂੰ ਫੋਲੋ ਕਰਨਾ ਨਹੀਂ ਚਾਹੁੰਦੀ ਕਿਉਂ? ਕਿਉਂਕਿ ਉਹ ਤਾਂ ਇੱਕ MP ਬਣ ਚੁੱਕੀ ਆ। ਵਿਵਾਦਿਤ ਬਿਆਨ ਦੇਣ ਦੇ ਵਿੱਚ ਉਹ ਲੜਕੀ ਪਹਿਲਾਂ ਹੀ ਮਤਲਬ ਬਹੁਤ ਐਕਸਪਰਟ ਹੈ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ ਉਹ ਕਰਦੀ ਹੈ ਥਾਂ ਥਾਂ ਦੇ ਉੱਤੇ ਹੀਰੋ ਇਸੇ ਗੱਲ ਨਾਲ ਬਣੀ ਹੋਈ ਆ ਉਹ। ਪਰ ਐਸੀ ਨੌਬਤ ਕਿਉਂ ਆ ਗਈ ਕਿ ਜਿਹੜਾ ਇਲਜ਼ਾਮ ਲੱਗਿਆ ਕਿ ਉਹਨੇ ਥੱਪੜ ਮਾਰ ਦਿੱਤਾ ਇੱਕ ਮੁਲਾਜ਼ਮ ਲੜਕੀ ਨੇ ਥੱਪੜ ਮਾਰ ਦਿੱਤਾ ਐਸੇ ਹਾਲਾਤ ਕਿਉਂ ਬਣੇ? ਦੇਖੋ ਇਹਦੇ ਇਹ ਵੀ ਹਜੇ ਨਪਿੰਦਰ ਜੀ ਗੱਲ ਕਲੀਅਰ ਤਾਂ ਨਹੀਂ ਹੋ ਰਹੀ ਲੇਕਿਨ ਸੋਸ਼ਲ ਮੀਡੀਆ ਤੇ ਜਿਹੜੀਆਂ ਗੱਲਾਂ ਨਿਕਲ ਰਹੀਆਂ ਨੇ ਜੇ ਉਹਦੇ ਚ ਰਤੀ ਭਰ ਵੀ ਸੱਚਾਈ ਹੈ ਤਾਂ ਮੈਨੂੰ ਲੱਗਦਾ ਬੜੀ ਮਾੜੀ ਗੱਲ ਹੈ। ਉਹਦੇ ਚ ਇਹ ਕਿਹਾ ਜਾ ਰਿਹਾ ਸੋਸ਼ਲ ਮੀਡੀਆ ਦੇ ਰਾਹੀਂ ਕਿ ਉਸ ਲੜਕੀ ਨੂੰ ਖਾਲਿਸਤਾਨੀ ਕੌਰ ਕਿਹਾ ਗਿਆ। ਅਗਰ ਉਹ ਠੀਕ ਹੈ ਮੈਂ ਨਹੀਂ ਉਹਨੂੰ ਮਤਲਬ ਕਹਿੰਦਾ ਵੀ ਉਹ ਕਿਹਾ ਹੈ, ਅਗਰ ਉਹ ਕਿਹਾ ਗਿਆ ਤਾਂ ਹੋ ਸਕਦਾ ਉਹਦੀ ਪ੍ਰੋਵੋਕੇਸ਼ਨ ਦਾ ਕਾਰਨ ਹੀ ਉਹ ਬਣੀ ਹੋਵੇ। ਹੋ ਸਕਦਾ ਕੰਗਣਾ ਰਣੌਤ ਜਿਹੋ ਜਿਹੀ ਬਿਆਨਬਾਜ਼ੀ ਕਰਦੀ ਹੈ ਜਿਹੋ ਜਿਹੀ ਜਿਵੇਂ ਉਹਦੀ ਈਗੋ ਹਟ ਹੁੰਦੀ ਨਸੀ ਹੋਊਗੀ ਹੋ ਸਕਦਾ ਲੜਕੀ ਨਾਲ ਹੱਥੋਂ ਪਾਈ ਉਹ ਹੋਈ ਹੋਵੇ। ਇਹਦਾ ਕੋਈ ਪਤਾ ਨਹੀਂ ਨਾ ਆਪਾਂ ਨੂੰ, ਇਹਦਾ ਇਨਵੈਸਟੀਗੇਸ਼ਨ ਦੱਸੇਗੀ। ਤੁਸੀਂ ਇਹ ਗੱਲ ਨੋਟ ਕਰੋ ਕਿ ਕੰਗਣਾ ਰਣੌਤ ਦਾ ਲਾਸਟ ਵਾਲਾ ਬਿਆਨ ਕੀ ਕਹਿੰਦਾ?
ਉਹ ਨੋਟ ਕਰੋ ਨਾ, ਚਲੇ ਗਏ ਪੰਜਾਬ, ਵਧੀਆ ਵਸਦਾ ਰਸਦਾ ਪੰਜਾਬ, ਜਿੱਥੇ ਲੋਕ ਵਧੀਆ ਸਦਭਾਵਨਾ ਨਾਲ ਪਿਆਰ ਪਾਰ ਭਰਾਵਨਾ ਨਾਲ ਰਹਿ ਰਹੇ ਨੇ, ਗੁਰਦੁਆਰੇ ਮੰਦਰ ਮਸੀਤ ਦੇ ਵਿੱਚ ਸਾਰੇ ਇਕੱਠੇ ਜਾ ਰਹੇ ਨੇ, ਕਿਸੇ ਦਾ ਕੋਈ ਰੌਲਾ ਨਹੀਂ। ਔਰ ਉੱਥੇ ਆ ਕੇ ਕਹਿਣਾ ਵੀ ਪੰਜਾਬ ਦੇ ਅੰਦਰ ਆਤੰਕਵਾਦ ਉਗਰਵਾਦ ਪਣਪ ਰਿਹਾ ਹੈ, ਇਹਨੂੰ ਰੋਕਣ ਦੀ ਲੋੜ ਹੈ, ਤਾਂ ਇਹ ਇਕੱਲਾ ਇੱਥੇ ਨਹੀਂ ਕਿਹਾ, ਇਹੀ ਗੱਲ ਵੈਸਟ ਬੰਗਾਲ 'ਚ ਕਹੀ ਗਈ ਇੱਕ IPS ਅਧਿਕਾਰੀ ਨੂੰ, ਸਿਰਫ ਉਹਦੀ ਦਾੜੀ ਵੇਖ ਕੇ, ਸਿਰਫ ਉਹਦੀ ਪੱਗ ਵੇਖ ਕੇ, ਸਿਰਫ ਉਹਦਾ ਨਾਂ ਸਿੰਘ ਵੇਖ ਕੇ। ਅਤੇ ਜੇ ਇਹ ਕਿਹਾ ਜਾ ਰਿਹਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਜਿਹੀ ਜਿਹੜੀ ਮਾਨਸਿਕਤਾ ਹੈ, ਇਸ ਮਾਨਸਿਕਤਾ ਦੇ ਉੱਤੇ ਚੈੱਕ ਲੱਗਣਾ ਚਾਹੀਦਾ ਹੈ। ਪਰ ਇਹ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਵੀ ਕੀ ਘਟਨਾ ਵਾਪਰੀਆਂ, ਕਿਤੇ ਕੱਲ੍ਹ ਨੂੰ ਪੰਜਾਬੀਆਂ ਦੀ ਜਿਹੜਾ ਹੈਗਾ ਸੁਰੱਖਿਆ ਦਸਤੇ ਦੇ ਵਿੱਚ ਤੈਨਾਤੀ ਨੂੰ ਲੈ ਕੇ ਸਵਾਲ ਨਾਲ ਖੜੇ ਹੋਣ ਲੱਗ ਜਾਣ, ਇਸ ਤਰ੍ਹਾਂ ਦੀ ਸਥਿਤੀ ਨਾ ਪੈਦਾ ਹੋ ਜੇ, ਸੱਚ ਕਿਵੇਂ ਸਾਹਮਣੇ ਆਏਗਾ? ਕੀ ਲੱਗਦਾ ਕਿਸ ਤਰ੍ਹਾਂ ਦੀ ਜਾਂਚ ਹੋਵੇ ਅਤੇ ਸੱਚ ਸਾਹਮਣੇ ਆਵੇ? ਨਹੀਂ, ਅਸੀਂ ਤਾਂ ਇਹ ਕਹਾਂਗੇ ਕਿ ਇਹਦੀ ਜਾਂਚ ਹੈ ਜਿਹੜੀ ਇਹ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ। ਡਿਪਾਰਟਮੈਂਟਲ ਕਾਰਵਾਈ ਹੋ ਰਹੀ ਹੈ ਕੁੜੀ ਦੇ ਉੱਤੇ ਜਾਂ ਪੰਜਾਬ ਦੀ ਪੁਲਿਸ ਕਰ ਰਹੇਗੀ, ਮੈਨੂੰ ਪਤਾ ਲੱਗਿਆ ਜੋ। ਹੁਣ ਜੇਕਰ ਉਹ ਨਿਰਪੱਖ ਜਾਂਚ ਕੋਈ ਪੁਲਿਸ ਦਾ ਅਧਿਕਾਰੀ ਵੀ ਕਰ ਸਕਦਾ ਹੈ, ਕੋਈ ਜੁਡੀਸ਼ਰੀ ਇਨਕੁਆਇਰੀ ਵੀ ਹੋ ਸਕਦੀ ਹੈ, ਲੇਕਿਨ ਇਨਕੁਆਇਰੀ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਔਰ ਮੈਂ ਇਹ ਕਹੂੰਗਾ ਕਿ ਜਿਹੜੀ ਇਹ ਇਨਕੁਆਇਰੀ ਹੋ ਰਹੀ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੇ ਅਧਿਕਾਰੀਆਂ ਦੇ ਉੱਤੇ ਸਵਾਲ ਨਾ ਲੱਗਣੇ ਸ਼ੁਰੂ ਹੋ ਜਾਣ, ਉਹ ਹੋ ਸਕਦਾ ਇਹਨੂੰ ਪੇਸ਼ ਹੀ ਜਾਣਬੁੱਝ ਕੇ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੋਵੇ ਕਿ ਪੰਜਾਬ ਦੇ ਜਿਹੜੇ ਅਧਿਕਾਰੀ ਹੈ ਉਸ ਅਧਿਕਾਰੀ ਨੂੰ ਖਾਲਿਸਤਾਨੀ ਕਹਿ ਦਿੱਤਾ ਗਿਆ ਜਿਹੜਾ IPS ਹੈ, ਔਰ ਅੱਜ ਇਸ ਲੜਕੀ ਨੂੰ ਖਾਲਿਸਤਾਨੀ ਕਹਿ ਦਿੱਤਾ ਗਿਆ। ਤੋ ਮੈਨੂੰ ਲੱਗਦਾ ਇਸ ਮਾਨਸਿਕਤਾ ਨੂੰ ਲੋਕਾਂ ਨੇ ਵੈਸੇ ਨਕਾਰਿਆ ਹੈ, ਹੁਣ ਚੋਣਾਂ ਹੋਈਆਂ ਨੇ, ਇਹ ਮਾਨਸਿਕਤਾ ਬਥੇਰੀ ਭੜਕਾਈ ਇਹਨਾਂ ਨੇ, ਜਿਹੜੇ ਪੰਜਾਬ ਨੂੰ ਉਹ ਖਾਲਿਸਤਾਨੀ ਕਹਿ ਰਹੇ ਨੇ ਜਾਂ ਇਹਨੂੰ ਉਗਰਵਾਦ ਕਹਿ ਰਹੇ ਨੇ ਜਾਂ ਇੱਥੇ ਜਿਹੜਾ ਆਤੰਕਵਾਦ ਕਹਿ ਰਹੇ ਨੇ, ਇੱਥੇ ਤਾਂ ਵੋਟਾਂ ਪੂਰੇ ਆਮਣਾ ਮਾਰਨਾ ਪਈਆਂ ਨੇ, ਕੋਈ ਰੌਲਾ ਪਿਆ ਕਿਤੇ ਵੀ? ਹਿੰਦੂ ਮੁਸਲਿਮ ਸਭ ਨੇ ਆਰਾਮ ਨਾਲ ਵੋਟਾਂ ਪਾਈਆਂ, ਇੱਕ ਥਾਂ ਦੀ ਇੰਸੀਡੈਂਟ ਵਿਖਾਓ। ਔਰ ਜਿੱਥੇ ਜਿੱਥੇ ਰਾਜ ਇਹਨਾਂ ਦਾ ਹੈ, ਇਸ ਵਿਚਾਰਧਾਰਾ ਦਾ ਹੈ, ਖਾਸ ਕਰਕੇ ਭਾਜਪਾ ਦੀ ਵਿਚਾਰਧਾਰਾ ਦਾ, ਉੱਥੇ ਸਾਰੇ ਥਾਵਾਂ ਦੇ ਉੱਤੇ ਲੋਕਾਂ ਨੇ ਵੋਟਾਂ ਦੇ ਵਿੱਚ ਮਤਲਬ ਲੱਤਾਂ ਲਾਈਆਂ। ਤਾਂ ਹੁਣ ਜਾਂਚ ਕਰਵਾਉਣ ਨੂੰ ਲੈ ਕੇ ਤੁਸੀਂ ਕਿਹੜੇ ਕਿਸ ਤਰ੍ਹਾਂ ਅਧਿਕਾਰੀ ਨੂੰ ਮਿਲ ਰਹੇ ਹੋ, ਕਿਸ ਤਰ੍ਹਾਂ ਦੀ ਕਾਰਵਾਈ ਚੋਣੇ? ਸਾਡੀ ਕੋਸ਼ਿਸ਼ ਹੈ ਕਿ ਇਸ ਤੋਂ ਬਾਅਦ ਸਾਨੂੰ 3 ਵਜੇ ਦਾ ਟਾਈਮ ਦਿੱਤਾ ਹੈ DGP ਸਾਹਿਬ ਨੇ, ਅਸੀਂ DGP ਸਾਹਿਬ ਨੂੰ ਮਿਲਾਂਗੇ, ਉਸ ਤੋਂ ਬਾਅਦ ਸਾਡਾ ਮਤਲਬ ਪ੍ਰੋਗਰਾਮ ਹੈ ਜਿਹੜਾ ਉਹ 9 ਤਰੀਕ ਨੂੰ ਅਸੀਂ ਆਪਦਾ ਮਤਲਬ ਇੱਕ ਮੈਮੋਰੈਂਡਮ SSP ਮੋਹਾਲੀ ਨੂੰ ਦੇਵਾਂਗੇ, ਇੱਕ ਮਾਰਚ ਇਨਸਾਫ ਮਾਰਚ ਦੇ ਰੂਪ ਚ ਲਿਜਾ ਕੇ। ਕੁਲਵਿੰਦਰ ਕੌਰ ਦੇ ਨਾਲ ਪਰਿਵਾਰ ਨਾਲ ਕੋਈ ਗੱਲਬਾਤ ਹੋਈ? ਕੁਲਵਿੰਦਰ ਕੌਰ ਇਸ ਵੇਲੇ ਕਿੱਥੇ ਹੈ, ਕੋਈ ਗੱਲਬਾਤ ਹੋਈ ਪਰਿਵਾਰ ਉਹਦਾ? ਠੀਕ ਹੈ, ਨਹੀਂ ਹਜੇ ਤੱਕ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ। ਪਰਿਵਾਰ ਦੀ ਤਾਂ ਗੱਲ ਮੈਨੂੰ ਇਹ ਬੜੀ ਦੁਖਦਾਈ ਗੱਲ ਹੈ ਸੁਣਨੀ ਨੂੰ ਪੈ ਮਿਲ ਰਹੀ ਹੈ, ਜੋ ਮੇਰੇ ਨਾਲ ਨਹੀਂ ਗੱਲ ਹੋਈ, ਪਨੀਰ ਸਾਹਿਬ ਨਾਲ ਕਿਸੇ ਚੀਜ਼ ਦੀ ਮੈਂਬਰ ਦੀ, ਉਹਨਾਂ ਦੇ ਬ੍ਰਦਰ ਦੀ ਗੱਲ ਹੋਈ ਹੈ, ਕਿਉਂਕਿ ਇਹਨਾਂ ਦੀ ਆਰਗੇਨਾਈਜੇਸ਼ਨ ਨਾਲ ਜੁੜੇ ਹੋਏ ਨੇ ਉਹ। ਤਾਂ ਉਹਨਾਂ ਦੱਸਿਆ ਵੀ ਜਿਹੜਾ ਲੜਕੀ ਦਾ ਹਸਬੈਂਡ ਹੈ ਉਹ ਇਹ ਚਾਹ ਰਿਹਾ ਕਿ ਤੁਸੀਂ ਇਨਸਾਫ ਦੀ ਮੰਗ ਨਾ ਕਰੋ। ਇਹਦਾ ਮਤਲਬ ਕੀ ਨਿਕਲਦਾ? ਇਹਦਾ ਮਤਲਬ CISF ਆ ਜਿਹੜੀ, ਜਿਹੜਾ ਉਹਨਾਂ ਦਾ ਐਡਾ ਵੱਡਾ ਤੰਤਰ ਹੈ, ਉਹ ਮੁੰਡੇ ਨੂੰ ਵੀ ਦਬਾਅ ਪਾ ਰਿਹਾ, ਉਹਨੂੰ ਵੀ ਸਸਪੈਂਡ ਕਰਨ ਦੀ ਗੱਲ ਕਰ ਰਿਹਾ ਹੋਵੇਗਾ। ਤਾਂ ਹੀ ਵਿਚਾਰੇ ਉਹ ਮਤਲਬ ਇਹ ਕਹਿ ਰਹੇ ਵੀ ਸਾਡੇ ਨਾਲ ਜੋ ਹੋ ਗਿਆ ਹੋ ਗਿਆ, ਤੁਸੀਂ ਕੁਛ ਨਾ ਕਰੋ। ਤਾਂ ਮੈਨੂੰ ਲੱਗਦਾ ਇਹ ਉਦੋਂ ਵੀ ਇੱਕ ਮਤਲਬ ਮਾੜੀ ਗੱਲ ਹੈ ਉਸ ਡਿਪਾਰਟਮੈਂਟ ਤੋਂ ਵੀ, ਸਾਨੂੰ ਹੁਣ ਇਸੇ ਗੱਲ 'ਚੋਂ ਤਾਂ ਲੱਗ ਰਿਹਾ ਹੈ ਕਿ ਉੱਥੋਂ ਸਾਨੂੰ ਇਨਸਾਫ਼ ਮਿਲਣ ਦੀ ਉਮੀਦ ਨਹੀਂ ਹੈ। ਤਾਂ ਮਸਲਾ ਫਿਲਹਾਲ ਐਸਾ ਉਲਝਿਆ ਹੈ ਕਿ ਆਖਿਰ ਇਹ ਸਭ ਘਟਨਾ ਹੋਈ ਕਿਉਂ, ਇਸ ਦੇ ਪਿੱਛੇ ਦੇ ਕੀ ਕਾਰਨ ਰਹੇ, ਜੇ ਇੰਨਾ ਅਗਰੈਸਿਵ ਦੋਨਾਂ ਦੇ ਵਿੱਚੋਂ ਕੌਣ ਪਹਿਲਾਂ ਹੋਇਆ, ਕੀ ਕਾਰਨ ਰਹੇ? ਕਹਿੰਦੇ ਨੇ ਕਿ ਉਹਦੀ ਨਿਰਪੱਖ ਜਾਂਚ ਹੋਵੇ, ਜੇ ਕੁਲਵਿੰਦਰ ਕੌਰ 'ਤੇ ਕਾਰਵਾਈ ਹੋ ਰਹੀ ਹੈ ਤਾਂ ਨਾਲ ਹੀ ਕਹਿੰਦੇ ਨੇ ਕੰਗਣਾ ਰਣੌਤ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।
ਕਿ ਜੇ ਉਹਨੇ ਪ੍ਰਵੋਕ ਕੀਤਾ ਜਾਂ ਫਿਰ ਉਹਦੇ ਪਿੱਛੇ ਕੋਈ ਹੋਰ ਕਾਰਨ ਨੇ।